ਤੇ ਸਾਡੇ ਕੋਲ ਅੱਜ ਜਿਹੜੇ ਬੁਲਾਰੇ ਪਹਿਲੇ ਸਰਦਾਰ ਡਾਕਟਰ ਗੁਰਦੇਵ ਸਿੰਘ ਸੰਘਾ ਕਿਚਨਰ ਤੋਂ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਡੇ ਦੀ ਪਹੁਲ ਤੇ ਖਾਲਸਾ ਜੀਵਨ, ਇਹਦੇ ਉੱਤੇ ਆਪਾਂ ਕੁਛ ਸਮੇਂ ਦੇ ਵਿਚਾਰ ਕਰਨੀ ਹੈ। ਇਸ ਤੋਂ ਪਹਿਲਾਂ ਮੈਂ ਕੁਛ ਬੋਲਾਂ, ਇਹ ਜਿਹੜੀਆਂ ਜਥੇਬੰਦੀਆਂ ਇਹੋ ਜਿਹੇ ਪ੍ਰੋਗਰਾਮ ਕਰਾ ਰਹੀਆਂ, ਮੈਂ ਕਹਿੰਦਾ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ, ਕਿਉਂਕਿ ਅੱਜ ਸਿੱਖ ਜਗਤ ਦੇ ਵਿੱਚ ਲੋੜ ਹੈ ਕਿ ਘੱਟੋ ਘੱਟ ਅਸੀਂ ਸਹਿਤ ਭਾਵੇਂ ਨਾ ਵੀ ਹੋਈਏ ਪਰ ਵਿਚਾਰ ਜ਼ਰੂਰ ਕਰੀਏ। ਵਿਚਾਰ ਪੱਖੋਂ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜ਼ਿੰਦਗੀ ਜੀਣ ਦਾ ਇੱਕ ਨਿਆਰਾ ਪਰ ਸਾਵਾਂ ਪੱਧਰਾ ਜੀਵਨ ਦਰਸਾਉਂਦੀ ਹੈ, ਸਾਵਾਂ ਪੱਧਰਾ ਮਾਰਗ ਦੱਸਦੀ ਹੈ ਸਾਨੂੰ, ਜਿਸ ਨੂੰ ਗੁਰਮਤਿ ਮਾਰਗ ਜਾਂ ਸਿੱਖੀ ਜੀਵਨ ਕਰਕੇ ਜਾਣਿਆ ਜਾਂਦਾ ਹੈ। ਅਤੇ ਸੱਚ ਨੂੰ ਇਸ ਜੀਵਨ ਦਾ ਗੁਰੂ ਸਾਹਿਬਾਂ ਨੇ ਧੁਰਾ ਮੰਨਿਆ। ਸਾਰਾ ਸਿੱਖੀ ਜੀਵਨ ਸੱਚ ਦੇ ਧੁਰੇ ਦੁਆਲੇ ਘੁੰਮਦਾ ਹੈ। ਪਾਤਸ਼ਾਹ ਕਹਿੰਦੇ ਸੱਚੋਂ ਹੋਰੇ ਸਭ ਕੋ ਉੱਪਰ ਸੱਚ ਆਚਾਰ, ਆਚਾਰ ਜਿਹਾ ਸਭ ਤੋਂ ਉੱਪਰ ਹੈ। ਮਨੁੱਖ ਨੇ ਸੱਚੇ ਸੱਚੇ ਜੀਵਨ ਵਾਲਾ ਕਿਸ ਤਰ੍ਹਾਂ ਬਣਨਾ ਹੈ, ਇਹ ਇੱਕ ਬਹੁਤ ਹੀ ਅਹਿਮ ਸਵਾਲ ਹੈ ਸਾਡੇ ਵਾਸਤੇ। ਅਤੇ ਗੁਰੂ ਸਾਹਿਬ ਸਾਨੂੰ ਬੜਾ ਇੱਕ ਅਹਿਮ ਸਵਾਲ ਕਰਦੇ ਨੇ, ਆਪਾਂ ਸਾਰੇ ਬਾਣੀ ਪੜ੍ਹਦੇ ਹਾਂ। ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਗੁਰੂ ਸਾਹਿਬ ਇੱਕ ਕੁਐਸਚਨ ਕਰਦੇ, ਇੱਕ ਸਵਾਲ ਕਰਦੇ ਨੇ, ਕਿਵੇਂ ਸੱਚਿਆਰਾ ਹੋਈ ਹੈ ਕਿਵ ਕੂੜੇ ਦਿੱਤੇ ਪਾਪ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਇਹ ਸਵਾਲ ਕਰਦੇ ਹਨ ਕਿ ਅਸੀਂ ਆਪਣੇ ਜੀਵਨ ਵਿੱਚ ਮਾਰਗ 'ਤੇ, ਇਸ ਜੀਵਨ ਦੇ ਚਲਦੇ ਅਤੇ ਸੱਚੇ ਸੁੱਚੇ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ। ਸਾਡੇ ਅੰਦਰ ਦੁਵਿਧਾ ਅਤੇ ਝੂਠ ਦਾ ਜੋ ਪਰਦਾ ਪਿਆ ਹੋਇਆ ਹੈ, ਅਸੀਂ ਉਸ ਨੂੰ ਕਿਸ ਤਰ੍ਹਾਂ ਤੋੜ ਸਕਦੇ ਹਾਂ। ਅਤੇ ਸਾਧ ਸੰਗਤ ਜੀ, ਗੁਰੂ ਸਾਹਿਬ ਫਿਰ ਅਗਲੀ ਪੌੜੀ ਦੇ ਵਿੱਚ ਇਹਦਾ ਜਵਾਬ ਦਿੰਦੇ ਨੇ, ਹੁਕਮ ਰਜਾਈ ਚੱਲਣਾ। ਅਤੇ ਹੁਕਮ ਕੀ ਹੈ, ਹੁਕਮ ਰਜਾਈ ਕਿਸ ਤਰ੍ਹਾਂ ਚੱਲਣਾ ਅਤੇ ਹੁਕਮ ਰਜਾਈ ਚੱਲਦੇ ਹੋਏ ਸੱਚਿਆਰਾ ਅਤੇ ਖਾਲਸਾ ਕਿਸ ਤਰ੍ਹਾਂ ਬਣਨਾ ਹੈ, ਇਹ ਸਾਰੇ ਦੀ ਸਾਰੇ ਵਿਚਾਰ ਜੋ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਝਾਏ ਗਏ। ਗੁਰਮਤਿ ਵਿਚਾਰਧਾਰਾ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਫੋਕੇ ਅਤੇ ਅਮਲ ਤੋਂ ਸੱਖਣੇ ਕਰਮਕਾਂਡਾਂ ਵਿੱਚ ਵਿਸ਼ਵਾਸ ਨਹੀਂ ਕਰਦੀ, ਇਹ ਕਿਸੇ ਵੀ ਦਿਖਾਵਿਆਂ ਨੂੰ ਪ੍ਰਵਾਨ ਨਹੀਂ ਕਰਦੀ। ਅਤੇ ਜੇ ਕੋਈ ਇਸਤਰੀ ਜਾਂ ਪੁਰਸ਼ ਇਹ ਕਹਿੰਦਾ ਕੁਝ ਹੈ ਪਰ ਕਰਦਾ ਕੁਛ ਹੋਰ ਹੈ, ਇਹੋ ਜਿਹੇ ਆਚਰਨ ਦੇ ਲੋਕਾਂ ਨੂੰ ਗੁਰਮਤਿ ਨੇ ਭੇਖੀ ਆਖਿਆ ਹੈ। ਭਾਸ਼ਾ ਦਾ ਹੁਕਮ ਹੈ, ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਪਟ ਨਾ ਆਵੇ। ਭਾਸ਼ਾ ਕਹਿੰਦੇ ਭਾਵ ਜੀਵਨ ਵਿੱਚ ਸੱਚ ਦੀ ਕਮਾਈ ਤੋਂ ਬਿਨਾਂ ਪਰਮਾਤਮਾ ਦੇ ਨੇੜੇ ਨਹੀਂ ਜਾਇਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਨਸਾਨ ਨੂੰ ਜੀਵਨ ਵਿੱਚ ਸੱਚ ਕਮਾਉਣ ਦਾ ਢੰਗ ਦਰਸਾਉਂਦੀ ਹੈ, ਕਹਿਣੀ ਅਤੇ ਕਰਨੀ ਦਾ ਸੂਰਾ ਬਣਨ ਦੀ ਵਿਧ ਸਮਝਾਉਂਦੀ ਹੈ ਅਤੇ ਰੱਬ ਨਾਲ ਮਿਲਾਪ ਦਾ ਰਾਹ ਖੋਲ ਦਿੰਦੀ ਹੈ। ਜਿਸ ਰਾਹ ਉੱਤੇ ਚੱਲਦਾ ਹੋਇਆ ਕੋਈ ਵੀ ਇਸਤਰੀ ਅਤੇ ਪੁਰਸ਼ ਗੁਰਮੁਖ ਬਣ ਸਕਦਾ ਹੈ, ਪਰਮਾਤਮਾ ਨੂੰ ਪਾ ਸਕਦਾ ਹੈ ਅਤੇ ਉਸ ਨਾਲ ਅਭੇਦ ਹੋ ਸਕਦਾ ਹੈ। ਸਾਡੀ ਆਮ ਜਨਤਾ ਦੀ ਸਮੱਸਿਆ ਇਹ ਹੈ ਕਿ ਸਾਨੂੰ ਸੱਚਿਆਰਾ ਬਣਨ ਦੀ ਸੋਝ ਹੀ ਨਹੀਂ, ਸਾਨੂੰ ਇਹ ਸਮਝ ਨਹੀਂ ਕਿ ਸੱਚਿਆਰਾ ਮਾਰਗ ਉੱਤੇ ਕਿਸ ਤਰ੍ਹਾਂ ਚੱਲਣਾ ਹੈ। ਸੱਚਿਆਰ ਮਾਰਗ ਉੱਤੇ ਚੱਲਣ ਦੀ ਵਿਧ ਸਮਝਾਉਂਦੇ ਹੋਏ ਗੁਰੂ ਸਾਹਿਬ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਵ ਨਿਤ ਦੇ ਪਾਣੀ,
ਹੋਏ ਕਿਰਸਾਨ ਇਮਾਨ ਜਮਾਇਲ ਹੈ ਤਿਸ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਕਲੀ ਪਾਇਆ। ਇਹ ਸ਼ਬਦ ਦੇ ਵਿਚਾਰ ਰਾਹੀਂ ਇਹ ਗੱਲ ਸਮਝਾਈ ਗਈ ਹੈ ਕਿ ਜਿਸ ਤਰ੍ਹਾਂ ਇੱਕ ਚੰਗਾ ਇਨਸਾਨ ਚੰਗਾ ਕਿਸਾਨ ਚੰਗੀ ਫਸਲ ਲਈ ਬੜੀ ਮਿਹਨਤ ਕਰਕੇ ਜ਼ਮੀਨ ਨੂੰ ਸਵਾਰਦਾ ਹੈ, ਉਸ ਵਿੱਚੋਂ ਘਾਹ ਬੂਟ ਕੱਢ ਸੁੱਟਦਾ ਹੈ ਅਤੇ ਵਧੀਆ ਬੀਜ ਕੇ ਉਸ ਨੂੰ ਸਮੇਂ ਸਿਰ ਪਾਣੀ ਆਦਿ ਅਤੇ ਉਸਦੀ ਗੋਡੀ ਕਰਦਾ ਹੈ। ਇਸੇ ਤਰ੍ਹਾਂ ਬੰਦੇ ਨੂੰ ਸਮਝਾਇਆ ਗਿਆ ਹੈ ਕਿ ਜੇ ਤੂੰ ਭਾਈ ਸਚਿਆਰਾ ਅਤੇ ਗੁਰਮੁਖ ਬਣਨਾ ਚਾਹੁੰਦਾ ਹੈ ਤਾਂ ਚੰਗੇ ਮਿਹਨਤੀ ਕਿਸਾਨ ਵਾਂਗ ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਨੂੰ, ਆਪਣੇ ਕੰਮਕਾਰ ਨੂੰ ਅਤੇ ਆਪਣੇ ਮੇਲ ਮਿਲਾਪ ਨੂੰ ਜ਼ਮੀਨ ਬਣਾ, ਆਪਣੇ ਖੇਤ ਬਣਾ। ਇਹਨਾਂ ਖੇਤਾਂ ਵਿੱਚ ਗੁਰੂ ਦੇ ਸ਼ਬਦ ਦਾ ਬੀਜ ਅਤੇ ਇਸ ਖੇਤੀ ਨੂੰ ਵੇਲੇ ਸਿਰ ਗੁਰਬਾਣੀ ਦੀ ਵਿਚਾਰ ਨਾਲ ਸਿੰਜਦਾ ਪਾਓ। ਇਸ ਤਰ੍ਹਾਂ ਆਪਣੇ ਜੀਵਨ ਦਾ ਸੁਧਾਰ ਕਰ। ਜਦੋਂ ਗੁਰਬਾਣੀ ਦੀ ਵਿਚਾਰ ਨੂੰ ਮੁੱਖ ਰੱਖ ਕੇ ਜੀਵਨ ਦੇ ਅਮਲ ਵਿੱਚ ਲਿਆਏਗਾ ਤੂੰ ਸਚਿਆਰਾ ਬਣਦਾ ਜਾਏਗਾ, ਤੈਨੂੰ ਸੱਚ ਅਤੇ ਝੂਠ ਦੇ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਤੂੰ ਸੱਚ ਅਤੇ ਝੂਠ ਨੂੰ ਨਿਖੇੜ ਸਕੇਗਾ ਅਤੇ ਤੂੰ ਹੌਲੀ ਹੌਲੀ ਖਾਲਸਾ ਪੰਥ ਦਾ ਪਾਂਧੀ ਬਣਦਾ ਜਾਏਗਾ। ਖੰਡੇ ਦੀ ਪਹੁਲ ਜਾਂ ਅਮਰ ਛਕਣਾ ਜਾਂ ਜ਼ਿਆਦਾ ਲੋਕ ਸਮਝਦੇ ਨੇ, ਖੰਡੇ ਦੀ ਪਹੁਲ ਲੈਣ ਵਾਲਾ ਕੋਈ ਵੀ ਅਸਲੀਅਤ ਪੁਰਸ਼ ਤਾਂ ਹੀ ਖਾਲਸਾ ਹੋਣ ਦਾ ਹੱਕਦਾਰ ਹੈ, ਤਾਂ ਹੀ ਅਮਰਧਾਰੀ ਹੋਣ ਦਾ ਹੱਕਦਾਰ ਹੈ ਜੋ ਆਪਣੇ ਰੋਜ਼ਾਨਾ ਦੇ ਕਾਰੋਬਾਰ ਵਿੱਚ ਅਤੇ ਸਮਾਜ ਵਿੱਚ ਇਮਾਨਦਾਰੀ ਨੂੰ ਮੁੱਖ ਰੱਖਦੇ ਹਨ। ਅਤੇ ਜੇ ਖਾਲਸਾ ਜੀ ਗੰਗਾ ਗਏ ਗੰਗਾ ਰਾਮ ਅਤੇ ਜਮੁਨਾ ਗਏ ਜਮੁਨਾ ਦਾਸ ਵਾਲੀ ਨੀਤੀ ਅਪਣਾ ਲਈ, ਉਹ ਆਦਮੀ ਉਹ ਪੁਰਖ ਜਾਂ ਇਸਤਰੀ ਅੰਮ੍ਰਿਤਧਾਰੀ ਹੋਣ ਦਾ ਹੱਕ ਗਵਾ ਬਹਿੰਦਾ। ਗੁਰਮਤਿ ਰਹਿਣੀ ਤੋਂ ਸੱਖਣੇ ਜੀਵਨ ਵਾਲੇ ਕਿਸੇ ਵੀ ਅਸਲੀ ਅਤੇ ਪੁਰਖ ਦੇ ਕਰਤਾਰ ਧਾਰਨ ਕਰਨੇ ਇੱਕ ਭੇਖ ਅਤੇ ਅਡੰਬਰ ਬਣ ਜਾਂਦਾ ਹੈ। ਗੁਰਮਤਿ ਧਰਮ ਨੂੰ ਮੁੱਖ ਰੱਖਦੇ ਹੋਏ ਸੰਸਾਰ ਵਿੱਚ ਵਿਚਰਨਾ ਕਿਸ ਤਰ੍ਹਾਂ ਹੈ? ਸਚਿਆਰਾ ਅਤੇ ਖਾਲਸਾ ਜੀਵਨ ਨੂੰ ਅਸੀਂ ਅਮਲੀ ਤੌਰ 'ਤੇ ਜੀਣਾ ਕਿਸ ਤਰ੍ਹਾਂ ਹੈ? ਇਹ ਸਾਰੀ ਵਿਧੀ ਸਮਝਾ ਕੇ ਖਾਲਸਾ ਜੀਵਨ ਦੀ ਉਸਾਰੀ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਗੁਰਦੁਆਰੇ ਦਾ ਕੇਂਦਰ ਜਿਹੜਾ ਇਹਦੀ ਉਸਾਰੀ ਕੀਤੀ ਸੀ। ਗੁਰਦੁਆਰਾ ਪੜਿਆ ਵੀ ਲੰਗਰ ਛਕਣ ਨਹੀਂ ਇਕੱਲਾ ਬਣਿਆ, ਜਿੱਥੇ ਅੱਜ ਕਈ ਥਾਈਂ ਖੰਡੇ ਦੀ ਪਹੁਲ ਲੈਣ ਵਾਲਾ ਅੰਮ੍ਰਿਤਧਾਰੀ ਖਾਲਸਾ ਪਾਣ ਦੀ ਦੁਰਵਰਤੋਂ ਕਰਦਾ ਹੋਇਆ ਸੰਗਦਾ ਨਹੀਂ। ਅਸੀਂ ਵਿਚਾਰ ਨਹੀਂ ਕੀਤੀ ਕਿ ਸਾਡਾ ਹਾਲ ਤਾਂ ਹੋ ਰਿਹਾ। ਗੁਰੂ ਕਾਲ ਵਿੱਚ ਭਾਰਤੀ ਸਮਾਜ ਦਾ ਇੱਕ ਵਰਗ ਐਸਾ ਵੀ ਸੀ ਜਿਸ ਨੂੰ ਅਛੂਤ ਕਹਿ ਕੇ ਹਰ ਪਾਸੋਂ ਦਰਬਾਰਿਆ ਜਾਂਦਾ ਸੀ। ਇਹਨਾਂ ਅਖੌਤੀ ਅਛੂਤ ਲੋਕਾਂ ਨੂੰ ਇੱਥੋਂ ਤੱਕ ਲਤਾੜਿਆ ਜਾਂਦਾ ਸੀ ਕਿ ਇਹਨਾਂ ਨੂੰ ਪਾਠ ਪੂਜਾ ਕਰਨ ਦਾ ਵੀ ਹੱਕ ਨਹੀਂ ਸੀ। ਪਰ ਧਰਮ ਵਾਲੇ ਉੱਚ ਜਾਤੀਏ, ਹਰ ਧਰਮ ਵਾਲੇ ਉੱਚ ਜਾਤੀਏ ਇਹਨਾਂ ਗਰੀਬਾਂ ਨੂੰ ਨੀਚ ਕਹਿ ਕੇ ਆਪਣੇ ਧਾਰਮਿਕ ਸਥਾਨਾਂ ਵਿੱਚ ਦਾਖਲ ਹੋਣ ਤੋਂ ਵਾਂਝਿਆ ਰੱਖਦੇ ਸਨ। ਅਤੇ ਜਿਸ ਗੁਰੂ ਨੂੰ ਆਪਾਂ ਮੱਥਾ ਟੇਕ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਹੋ ਕੇ ਸਮਾਜ ਨੂੰ ਲਤਾੜੇ ਹੋਏ, ਇਹਨਾਂ ਲੋਕਾਂ ਨੂੰ ਗਲੇ ਲਾਇਆ, ਜਾਤ ਬਿਮਾਨੀਆਂ ਅਤੇ ਅਮੀਰੀ ਦੇ ਹੰਕਾਰ ਵਿੱਚ ਰੱਬ ਨੂੰ ਭੁਲਾਏ ਬੈਠੇ ਉੱਚ ਜਾਤੀਏ ਲੋਕਾਂ ਨੂੰ ਵੰਗਾਰਦੇ ਹੋਏ ਗਰੀਬਾਂ, ਮਜ਼ਲੂਮਾਂ ਅਤੇ ਨੀਚ ਕਹਾਉਣ ਵਾਲੇ ਬੇਸਹਾਰਾ ਲੋਕਾਂ ਦਾ ਸਾਥ ਦੇ ਕੇ ਉਹਨਾਂ ਦਾ ਸਹਾਰਾ ਬਣ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਹਮੇਸ਼ਾ ਪੜ੍ਹਦੇ ਹਾਂ, ਜ਼ਹਿਰ ਐਲਾਨ ਕਰਦੇ ਨੇ ਗੁਰੂ ਸਾਹਿਬ, ਨੀਚਾਂ ਅੰਦਰ ਨੀਚ ਜਾਤ, ਨੀਚੀ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉਂ ਪਿਆਰੇ। ਸਤਿ ਜੀ, 1699 ਈਸਵੀ ਦੀ ਵਿਸਾਖੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ 10ਵੇਂ ਜਾਮੇ ਵਿੱਚ ਆ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਆ ਕੇ ਇਹਨਾਂ ਅਖੌਤੀ ਨੀਚਾਂ ਨੂੰ ਖੰਡੇ ਦੀ ਪਹੁੰਚ ਦੇ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਨੀਚਾਂ ਨੂੰ ਜੀਵਨ ਬਦਲੀ ਕਰਕੇ ਉਹਨਾਂ ਦਾ ਨੀਚਾਂ ਦਾ ਜੀਵਨ ਬਦਲੀ ਕਰਕੇ ਊਚ ਹੋਣ ਦਾ ਮਾਣ ਬਖਸ਼ਿਆ ਸੀ। ਨਿਤਾਣਿਆਂ ਨੂੰ ਮਾਣ ਦਵਾ ਕੇ ਇਕੱਲੇ ਇਕੱਲੇ ਸਿੰਘ ਅਤੇ ਸਿੰਘਣੀਆਂ ਨੂੰ ਸਵਾ ਸਵਾ ਲੱਖ ਦੇ ਲਸ਼ਕਰਾਂ ਨਾਲ ਲੋਹਾ ਲੈਣ ਦਾ ਵਲ ਬਖਸ਼ਿਆ ਸੀ, ਹਿੰਮਤ ਦਿੱਤੀ ਸੀ।
गुरु साहब ने खालसा पंथ की सिरजना उदों की अज असी कहने कोई दुपाला कतार असी देखते नहीं हाल हित दे हो रहा। गुरु साहब ने खालसा पंथ की सिरजना उदों की जो सिख सच के हक की खातर मनुखी अणख ते इज्जत ते आजादी की खातर तसियां तवियां ते बहिंदा होया सीस कटाउंदा होया उबलदियां देगां विच उबाले खांदा होया अते चरखे ते चढ़दा होया शहीदियां पा चुका सी पर सच नूं पिठ नहीं सी दिखाई। अपने स्वार्थ लई धन दौलत लई अते सरकारी दरबारे झूठी शोहरत कमाउण लई सच दा पल्ला नहीं सी छड्डिया। सच्चे मार्ग का त्याग करके झूठ का साथ नहीं सी दिता कदे सिख इत्थे पहुंच बैठा सी जदों उन खंडे दी पौर गई सी। सिख नूं सच्चारा जीवन जीण की सोची ते चाच आ गई सी सिख विच सच सुनन अते सुनाउण की हिम्मत आ चुकी सी। जब शब्द गुरु गुरबाणी विच दसे गुण सिख दे जीवन की ओट आसरा बन गए सन तद जाके ये वाहेगुरु जी का खालसा अखवाउण दा हकदार बनिया सी। खंडे की पौल लैण लई अमृत छकण लई बाणी अते बाणी की रहत जरूरी है। इस दे नाल नाल हर अमृतधारी पासों कहणी अते करनी विच इकसारता अते पक्याई की आस भी रखी जाती है। अजिही बाहरी रहत जिसका अंदरला भाव गैब हो गए कहनी अते करनी विच इकसारता ना हो गए वो सिर्फ बाणी बिन बाणा अते एक बारी भेट तो अगे होर कुछ नहीं है। ये समझ की लोड़ है। पातशाह कहते हैं रहत अवर कश अवर कमावत मन नहीं प्रीत मुखो गुर लावत जानन हार प्रभ प्रवीन बहर भेख न काहू भीन अवर उपदेश है। बड़ी स्पष्ट है अवर उपदेश है आप ना करे आवत जावत जन्म मरे। गुरबाणी दियां इन्हां तुकां दा भाव बड़ा स्पष्ट भी जे कोई व्यक्ति कहनी है ते करनी दा सूरा नहीं तो एवें झक मारदा है उसदा दूजिआं नूं उपदेश देना कोई मायने नहीं रखदा। खंडे की पौल लैण वाले सिंघां ते सिंघणियां ने देश ते कौम की खातर बड़ियां कुरबानियां कीतियां। बंद बंद कटवा लै खोपड़ियां लुआ लईआं रोज़ याद करदे अरदास दे विच गोलियां निशाना बने पर सिखी सिदक नूं आंच नहीं आउण दित्ती। इत्थे आ के असीं अज पिछे पै गए साडे उस सिखी जाए खूह च पर असीं अमृतधारी हाँ असीं दूजिआं नूं सुपीरियर इह साडी सोच बण गई। सिखी सिदक नूं आंच नहीं आउण दित्ती क्योंकि वह वाहिगुरु जी का खालसा बन चुके सन। उन्हां नूं अमृत जीवन जीण की समझ आ गई सी। अज भी कहनी अते करनी दे सिख वाले सिखां दी घाट नहीं है अते वह बड़े परोपकारी काम कर रहे हैं। आपां कई बार सुनते हस्पताल चला रहे कोई स्कूल यूनिवर्सिटियां चला रहे कोई होर सोशल काम कर रहे हैं पर प्रॉब्लम ही आ रही है इस वेला कि साडे विच अमृतधारियां की एक ऐसी क्लास पैदा हो चुकी है जिहड़ी अमृत छकण नूं सिर्फ ककारां तक ही सीमित करी बैठी है। पंज ककार धारने हर अमृतधारी लई जरूरी हैं। मैं फिर रिपीट कर रहा बहुत जरूरी हैं पर मेरे ककार धारण करने कोई भी व्यक्ति अमृतधारी नहीं बन जाता। जिवें एक सिपाही सिपाही की वर्दी पाउणी सिपाही लई जरूरी है पर मेरी वर्दी पा के कोई सिपाही नहीं बनता। हर सिपाही नूं उसका फर्ज दस्या जाता है उसनूं उसकी ड्यूटी समझाई जाती है कि तू संसार दे विच जा के विचरना किस तरह है ये दस्या जाता है जिसनूं आपां रहत मर्यादा कोड ऑफ कंडक्ट भी कह सकते हैं। साडे विच कोई सिखां ने इत्थों तक हुण असीं आ चुके हाँ कि रहत मर्यादा भी ककारां तक ही सीमित रखी हुई है। वो कहिंदे सी ककार पा लै असीं सारियां रहतां पूरियां कर लईआं। अमृतधारी ककारा की रहत जरूरी है पर निरे ककार भी रहत नहीं है।
रजनी है। ककार अमृतारी खालसे की वर्दी है। अमृत छकना कोई रौह भी जान रसम पूरी करना नहीं है। अमृत छकना गुरु नाल वचनबंध होना है। अज तो असी गुरमत मार्ग से चलन का प्रण करते हैं। असी प्रण करते हाँ कि अज तो असी मड़िया मसाणा देवी देवतों से किसी तरह की बुत पूजा व्यक्ति पूजा नहीं करांगे। असी फोके कर्मकांड जिमें धर्म स्थानों पर जाके मस्या पुनिया नहाना मनाना इन सा कोई वास्ता नहीं होगा। अज तो चंगे माड़े दिनों की विचार वर्त आदि रखने साढ़े लिए कोई महत्ता नहीं रखते। अज तो गुरबाणी राही दिता हुआ ज्ञान साडा गुरु साडा इष्ट अते साडी पूजा होगी। पाशाह का फरमान है गुर मेरी पूजा गुर गोबिंद गुर मेरा पार ब्रह्म गुर भगवंत मेरे लिए बहुत कुछ। अमृत के अखरी अर्थ तुम बहुत तरह पढ़े होंगे पर जिस तरह मैं पढ़े इस तरह दसे जाते हैं कि जिसन पीन नाल अमर हो जाएगा भाव मौत नहीं आती। असी खंड की पौन अमृत बनाता जिन्हों पीण के नाल मौत नहीं आती तो सतसंग जी गुरमत में तो यह गल फिर मनी नहीं जाती। गुरु साहब तो कहते हैं जो आया सो चल सी इतने कोई रह नहीं सकता। असी फिर अमृत किस तरह हो मैं समझदा कि खंडे की बहुत दिन समय गुरु साहब जी ने नाम अमृत की महत्ता बहुत चंगी तरह समझाई हुई। अज भी आप बाणियां पढ़ते हाँ तो इतों भी यही याद हों कि असल में गुरु साहब ने भी समझाया कि अज गुरु ग्रंथ साहब जी यही गल दसते हैं कि भाई अमृत दे बाणी इस जीवन जिन्हों पी के असी जीवन मुक्त हो सकते जो अमृत बाणी का अमृत पी लीजिए। इस जीवन च मर जीवड़ा हो के जीवन की सोची गुरमत सं दिखती है। गुरमत में परमात्मा का असल नाम ही अमृत दसा गया इन समझ की लड़ है। पाशाह कहते अमृत हर हर नाम है मेरी जिंदगी अमृत गुरते पाए राम। जिस नाम अमृत को पी के असी मर जीवड़े बन सकते हाँ जीवन मुक्त हो सकते हाँ वो फिर नाम अमृत मिलता कितों है कितों लभी है। गुरु साहब सुनाते हैं गुर कै शब्द जो मर जीवै सो पाए मुक्त द्वार। स्पष्ट गुर के शब्द जो मर जीवै गुरबाणी की इस तुक विच जीवन जीण का जो भेद है अज कुछ अमृतधारी उस भेद को समझने का जतन नहीं कर रहे। जे ये भेद समझा होंदा तो गुरुद्वारे के विच एक दूजे उत्ते मूर्खा वांग कृपाना ना वरतिया जांदियां ते ना ही एक वड्डी जिहड़ी होर साडे विच बीमारी पई हुई है सारे दे डेरियां ते सिख डिडौतां करदे नज़र ना अज कितें चल जाओ बड़ बड़ियां कृपाना पाइया मत्थे टेकते जाके। इस तरह तो हो रहा है कि असी गुर शब्द की विचार वल ध्यान नहीं दे रहे। शब्द की विचार तो सखने सिख का जीवन गुरु साहब ने बौरा किया इन सेम पाशाह कहते ने बिन शब्द सब जग बौरा बिरथा जन्म को आया अमृत एको शब्द है नानक गुरमुख पाया। खंडे की पौल लैके अमृत छक के खालसा जीवन किस तरह जीना है सारी विचार जपजी साहब की जो आप आखिरी पौड़ी ध्यान न पढ़िए तो वो सारी समझाई है जो भी जाके पढ़ना जत पहाड़ा धीर सुनिया रहन मत बेद हथियार पर रोज पढ़ते हैं लेकिन विचार करो। सन 1699 की विसाखी में जिन्हें इस्त्रियों पुरशों ने गुरु के सन्मुख हो के प्रण किया कि अगों तो असी अपना सारा जीवन गुरमत मार्ग से चलते बतीत करांगे
गुरु दसम पातशाह साहब गुरु गोबिंद सिंह जी ने पहले पंजां नूं पंजां ककारां दी पाती पवा के खंडे की पहल नाल नाम अमृत पवा के पंज प्यारे अते खालसा होण दा माण बख्शिया सी। अज भी खालसा पंथ दा मैंबर बन लई पंजां ककारां दी वर्दी खंडे की पहल अते नाम अमृत पीना अत जरूरी है। नाम अमृत इत गल आ के जी सा रही असं कहते पांच बाणियों का पाठ कर लिया तो असं अमृत आ गए नहीं। गुरु साहब कहते भी नित नेम नाल पीना नित नेम असं करते सारे ही पर सू पहली पेज नहीं फटाफट कोई कहना मैं इन्ने मिनटा च करता कोई कहना मैं इन्ने मिनटा च करता पर गुरु साहब कहते नित नेम नाल करना नेम नाल पीना नाम अमृत जो नेम नाल पीना ते हमेशा पीते रहना। नाम अमृत तो पीण तो बिना खालसा जीवन अधूरा है अते एक पेट बन के रह जाता है। भुला चुका नहीं कहवा वाहेगुरु जी का खालसा वाहेगुरु जी फतेह। किसी का कोई जो सवाल हो बच करना सवाल जरूर लिख के दे देना लेकिन मैं संगत अगर बेनती करूँगा मैं किसी ने बहस करने तैयार सवाल का जवाब विचार करनी हो जरूर करा लेकिन बहस वाहेगुरु जी का खालसा वाहेगुरु।